ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਤਲਵੰਡੀ ਸਾਬੋ ਬੁੰਗਾ ਨਾਨਕ ਸਰ ਗੁਰਦੁਆਰਾ ਸਾਹਿਬ ਦਾ ਵਿਵਾਦ ਕਾਫੀ ਨਵੱਦਾ ਨਜ਼ਰ ਆ ਰਹਾ ਸੀ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕਾਫੀ ਵੀ ਇੱਕਤਾ ਦਿਖਾਈ ਕਿਉਂਕਿ ਪਿਛਲੇ ਦਿਨੀ ਐਸਜੀਪੀਸੀ ਮੈਂਬਰਾਂ ਵੱਲੋਂ ਕੇਸ ਦਾ ਹਵਾਲਾ ਦੇ ਕੇ ਜ਼ਮੀਨ ਤੇ ਹਥਿਆਰਬੰਦ ਵਿਅਕਤੀਆਂ ਨਾਲ ਪਹੁੰਚ ਗਏ ਸਨ ਅਤੇ ਇਸ ਨੂੰ ਜਾਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ ਕਿਉਂਕਿ ਉਸ ਜਗ੍ਹਾ ਤੇ ਗੁਰਦੁਆਰਾ ਰਵਦਾਸ ਜੀ ਅਤੇ ਬਾਬਾ ਵੀਰ ਸਿੰਘ ਤੇ ਜੀ ਸਿੰਘ ਜੀ ਦਾ ਸੀ ਜਿਸ ਨੂੰ ਲੈ ਕੇ ਇਹ ਸਮ ਲੋਕ ਚਰਚਾ ਕਰ ਰਹੇ ਸਨ ਕੇ ਐਸਜੀਪੀਸੀ ਮੈਂਬਰਾਂ ਵੱਲੋਂ ਉਸ ਤੇ ਤੱਕਾ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਪ੍ਰਸ਼ਾਸਨ ਨੇ ਜਿੱਥੇ ਗੰਭੀਰਤਾ ਦੇ ਡਿਪਟੀ ਕਮਿਸ਼ਨਰ ਬਟੰਡਾ ਵੱਲੋਂ ਅਤੇ ਐਸਐਸਪੀ ਬਟੰਡਾ ਵੱਲੋਂ ਗੰਭੀਰਤਾ ਲੈਂਦੇ ਹੋਏ ਕਾਫੀ ਮੀਟਿੰਗਾਂ ਕੱਲ੍ਹ ਦੀਆਂ ਚੱਲ ਰਹੀਆਂ ਸਨ ਅਤੇ ਅੱਜ ਉਹ ਮਸਲਾ ਹੱਲ ਹੋ ਗਿਆ ਹੈ ਜਿੱਥੇ ਐਸਜੀਪੀਸੀ ਮੈਂਬਰਾਂ ਨੇ ਜੋ ਕੇਸ ਦਿੱਤਿਆ ਹੋਇਆ ਸੀ ਉਸ ਨੂੰ ਛੱਡ ਦਿੱਤਾ ਗਿਆ ਅਤੇ ਉਹ ਕੋਈ ਜ਼ਮੀਨ ਜਿਹੜੇ ਗੁਰਦੁਆਰਾ ਸਾਹਿਬ ਕੋਲੇ ਸੀ ਪਹਿਲਾਂ ਸੀ ਉਸੇ ਤਰ੍ਹਾਂ ਹੀ ਰਹੇਗੀ ਜਿਸ ਨੂੰ ਲੈ ਕੇ ਅੱਜ ਡਿਪਟੀ ਕਮਿਸ਼ਨਰ ਬਟੰਡਾ ਅਤੇ ਐਸਜੀਪੀਸੀ ਮੈਂਬਰਾਂ ਵੱਲੋਂ ਅਤੇ ਜੋ ਐਕਸ਼ਨ ਕਮੇਟੀ ਦਲਿਤ ਜਥੇਬੰਦੀਆਂ ਦੀ ਬਣਾਈ ਗਈ ਸੀ ਉਸ ਨਾਲ ਵਿਸ਼ੇਸ਼ ਤੌਰ ਤੇ ਕਾਫੀ ਲੰਬਾ ਸਮਾਂ ਮੀਟਿੰਗ ਚੱਲੀ ਅਤੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਗਈ ਕੀ ਕਿਹਾ ਉਹਨਾਂ ਨੇ ਪ੍ਰੈਸ ਕਾਨਫਰੰਸ 'ਚ ਆਓ ਤੁਹਾਨੂੰ ਸੁਣਾਉਣੇ ਆ। ਕਹਿਣਾ ਚਾਹੁੰਦਾ ਇਹਦਾ ਗੁਰਦੁਆਰਾ ਹੰਗਸਾ ਸਾਹਿਬ ਨੂੰ ਲੈ ਕੇ ਜਿਹੜਾ ਚੱਲ ਰਿਹਾ ਸੀਗਾ ਆ ਵੀ ਬਾਤ ਉਸ ਨੂੰ ਲੈ ਕੇ ਕੀ ਅੱਜ ਤੁਹਾਡਾ ਪ੍ਰਸ਼ਾਸਨ ਵੱਲੋਂ ਜਰਾ ਹੈਗਾ ਪ੍ਰੈਸ ਕਾਨਫਰੰਸ ਆਪਣਾ ਨਾਮ ਦੇ ਸੰਬੰਧ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਗੁਰਦੇਵ ਧਾਨੂ ਗੁਰਦੇਵ ਮੈਂ ਕੁਲਦੀਪ ਸਿੰਘ ਸਰਦੂਲਗੜ ਜਰਨਲ ਸਕੱਤਰ ਭੋਜਨ ਸਮਾਜ ਪਾਰਟੀ ਪੰਜਾਬ 11 ਮੈਂਬਰੀ ਜਿਹੜੀ ਸਾਡੀ ਗੁਰਦੁਆਰਾ ਨਾਨਕ ਸਰ ਬੁੰਗਾ ਜੀ ਦੀ ਜਿਹੜੀ 11 ਮੈਂਬਰੀ ਕਮੇਟੀ ਬਣੀ ਸੀ ਅੱਜ ਕਾਫੀ ਸਾਥੀ ਉਹਦੇ ਵਿੱਚੋਂ ਇੱਥੇ ਮੌਜੂਦ ਨੇ ਅੱਜ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਸਤਿਕਾਰਯੋਗ ਸਾਥੀ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਸਾਰੇ ਜਿੰਨੇ ਵੀ ਮੈਂਬਰ ਸੀ ਦੋਨਾਂ ਧਿਰਾਂ ਨੇ ਬੈਠ ਕੇ ਅਸੀਂ ਮਸਲਾ ਹੱਲ ਕਰ ਲਿਆ ਟੇਬਲ ਤੇ ਬੈਠ ਕੇ ਹੱਲ ਕਰ ਲਿਆ ਸ਼੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਵੱਡਾ ਦਿਲ ਦਿਖਾਉਂਦੇ ਹੋਏ ਸਾਡੀਆਂ ਸ਼ਰਤਾਂ ਮੰਨੀਆਂ ਨੇ ਉਸੇ ਜਗ੍ਹਾ ਦੇ ਉੱਤੇ ਸਤਿਗੁਰ ਰਵਿਦਾਸ ਮਹਾਰਾਜ ਜੀ ਨਾਨਕ ਸਰਬੁੰਗਾਂ ਰਮਦਾਸੀਆ ਸਿੰਘਾ ਗੁਰੂ ਘਰ ਮੌਜੂਦ ਰਹੂਗਾ ਇੱਥੋਂ ਤੱਕ ਕਿ ਕਮੇਟੀ ਨੇ ਖੁੱਲਾ ਦਿਲ ਦਿਖਾਉਂਦੇ ਹੋਏ ਸ਼੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂਕਿ ਥੋੜੇ ਜਿਹਾ ਕੁਝ ਕਨਫਿਊਜ਼ ਖੜੇ ਹੋ ਗਏ ਸੀ ਜਿਹੜਾ ਇਹ ਬਵਾਲ ਚੱਲਿਆ ਤੇ ਸਮਾਜ ਨੇ ਬਹੁਤ ਵੱਡਾ ਸਾਡਾ ਸਾਥ ਦਿੱਤਾ ਸਾਰੇ ਸਾਰੇ ਹੀ ਸਾਥੀਆਂ ਨੇ ਸਾਰੇ ਜਿੰਨੇ ਵੀ ਸੀ ਬਹੁਤ ਵੱਡਾ ਸੰਯੋਗ ਦਿੱਤਾ ਤੇ ਸੰਯੋਗ ਮਿਲਣ ਦੇ ਨਾਲ ਮਿਲ ਬੈਠ ਕੇ ਇਹ ਮਸਲਾ ਹੱਲ ਹੋ ਗਿਆ ਸਤਿਗੁਰ ਰਵਿਦਾਸ ਜੀ ਦਾ ਗੁਰੂ ਘਰ ਉਸੇ ਜਗ੍ਹਾ ਤੇ ਉਸੇ ਸਥਾਨ ਤੇ ਰਹੇਗਾ ਇਹ ਜਲਦੀ ਹੀ ਸਾਨੂੰ ਪ੍ਰਸ਼ਾਸਨ ਨੇ ਮਾਨਯੋਗ ਡੀਸੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਦਾ ਵੀ ਬਹੁਤ ਮਾਨਯੋਗ ਐਸਡੀਐਮ ਸਾਹਿਬ ਤਲਵੰਡੀ ਸਾਹਿਬ ਉਹਦਾ ਡੀਐਸਪੀ ਤਲਵੰਡੀ ਸਾਹਿਬ ਉਹਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਉਹ ਧੰਨਵਾਦ ਮਾਨਯੋਗ ਐਸਐਸਪੀ ਮਾਨਯੋਗ ਸਾਡੇ ਡੀਸੀ ਸਾਹਿਬ ਦਾ ਪੂਰਾ ਸਮਾਂ ਦੇ ਕੇ ਸਾਡੀ ਗੱਲਾਂ ਨੂੰ ਸਾਡੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਗੁਰੂ ਘਰ ਵਾਲੀ ਜਗ੍ਹਾ ਜਿੰਨੀ ਵੀ ਹੈ 15 ਕਨਾਲ 14 ਮਰਲੇ ਉਹ ਗੁਰੂ ਘਰ ਹੀ ਨੂੰ ਹੀ ਮਿਲੂਗੀ ਤੇ ਜਿਹੜੀ ਕੋਈ ਨਾਲ ਥੋੜੀ-ਮੋਟੀ ਮੈਂ ਤਾਂ ਕਮੇਟੀ ਦਾ ਫੇਰ ਧੰਨਵਾਦ ਕਰੂੰਗਾ ਜੇ ਕੋਈ ਭੂਮੀ ਘਟਦੀ ਹੈ ਜਾਂ ਕਿਸੇ ਚੀਜ਼ ਦੀ ਕੋਈ ਕਮੀ ਪੈਂਦੀ ਹੈ ਉਹ ਵੀ ਕਹਿੰਦੇ ਅਸੀਂ ਤੁਹਾਨੂੰ ਮੁਹੱਈਆ ਕਰਾਵਾਂਗੇ ਤੇ ਮੈਂ ਸਾਰੀਆਂ ਸੰਗਤਾਂ ਨੂੰ ਮੈਂ ਸ਼੍ਰੋਣੀ ਗੁਰਦਵਾਰਾ ਕਮੇਟੀ ਦਾ ਵੀ ਇਸ ਗੱਲੋਂ ਧੰਨਵਾਦ ਕਰਦਾ ਸਾਡੀ ਐਕਸ਼ਨ ਕਮੇਟੀ ਵੱਲੋਂ ਹੋਰ ਜਿੰਨੇ ਵੀ ਸਾਥੀ ਆਏ ਸੀ ਉਹਨਾਂ ਦਾ ਕਿ ਬੜਾ ਵਧੀਆ ਟੇਬਲ ਤੇ ਇੱਕ ਵੱਡਾ ਟਕਰਾਅ ਆਪਸ ਵਿੱਚ ਸੂਝ-ਬੂਝ ਦੇ ਨਾਲ ਟਲ ਗਿਆ ਤੇ ਇਸ ਕਰਕੇ ਅੱਗੇ ਤੋਂ ਦੋਨੇ ਤਰ੍ਹਾਂ ਸਮਾਜ ਨੂੰ ਨਵੇਂ ਸਮਾਜ ਨੂੰ ਸਿੱਖ ਇਤਿਹਾਸ ਵਾਸਤੇ ਦੱਸਣਗੇ ਤੇ ਉਹਨਾਂ ਨੂੰ ਬਾਣੀ ਨਾਲ ਜੋੜਨ ਲਈ ਪ੍ਰੇਰਿਤ ਕਰਨਗੇ ਤੇ ਦੂਸਰੀ ਗੱਲ ਜਿਹੜੀ ਨਾਨਕ ਸਰ ਬੁੰਗਾ ਦੇ ਜ਼ਮੀਨ ਮੇਰਾ ਕਿਹਾ ਲਗਭਗ 12 ਕਨਾਲਾਂ ਦੀ ਜ਼ਮੀਨ ਕਬਜ਼ੇ ਦੇ ਵਿੱਚ ਸੀ ਲੰਬੇ ਸਮੇਂ ਤੋਂ ਉਹ ਜਿਹੜੀ ਛੱਡੀ ਆ ਉਹ ਜ਼ਮੀਨ ਦੇ ਵਿੱਚ ਜਿਹੜਾ ਵੀ ਉਸ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਬਣਾਇਆ ਜਾਊ ਜਿਹੜੀ ਉਹਦੀ ਗੈਲਰੀ ਹੋਊਗੀ ਉਹਦੇ ਵਿੱਚ ਸਤਗੁਰ ਰਵਿਦਾਸ ਮਹਾਰਾਜ ਜੀ ਦੀ ਯਾਦ ਦੇ ਵਿੱਚ ਉਹਨਾਂ ਨੂੰ ਸਮਰਪਿਤ ਕੀਤਾ ਜਾਊਗਾ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਜੀ ਨੂੰ ਇਹ ਵੀ ਮੈਂ ਸ਼ਰੋਨੀ ਗੁਰਦੁਆਰਾ ਕਮੇਟੀ ਦਾ ਧੰਨਵਾਦ ਕਰਦਾ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੋਹਨ ਸਿੰਘ ਬੰਗੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਕਾ ਤਲਵੰਡੀ ਸਾਬੋ ਸੋ ਕੁਝ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਬੁੰਗਾ ਨਾਨਕ ਸਰ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਤਕਰੀਬਨ 23 ਸਾਲ ਹੋ ਗਏ ਸੀ ਕੇਸ ਚੱਲਦੇ ਸੀ ਉੱਤੇ ਸਵਾਨ ਦੇ ਵਿੱਚ ਕੁਝ ਝਗੜਾ ਹੋਇਆ ਸੋ ਅੱਜ ਬੜਾ ਸੁਭਾਗਾ ਦੇਣਾ ਕਿ ਸਤਕਾਰ ਜੋ ਡੀਸੀ ਸਾਹਿਬ ਨੇ ਐਸਐਸਪੀ ਸਾਹਿਬ ਨੇ ਸਮੁੱਚੇ ਪ੍ਰਸ਼ਾਸਨ ਨੇ ਇਹ ਦੋਨਾਂ ਧਿਰਾਂ ਨੂੰ ਬੁਲਾ ਕੇ ਉਸ ਦਾ ਸਮਝੌਤਾ ਕਰਵਾਇਆ ਸਮਝੌਤੇ ਦੀ ਡਿਟੇਲ ਚਾਹੇ ਵੱਡੇ ਵੀਰ ਸਰਦਾਰ ਕੁਲਦੀਪ ਸਿੰਘ ਜੀ ਨੇ ਦੱਸਤੀ ਹੈ ਪਰ ਫਿਰ ਵੀ ਵਿਵਸਥਾਰ ਨਾਲ ਦੱਸਣਾ ਚਾਹਣਾ ਕਿ ਸਮਝੌਤਾ ਜਿਹੜਾ 14 15 ਕਨਾਲਾ 14 ਮਰਲਾ ਦਾ ਜੋ ਝਗੜਾ ਚੱਲਿਆ ਸੀ ਉਹ ਜਗਾ ਗੁਰਦੁਆਰਾ ਸਾਹਿਬ ਬੜੇ ਬਾਬਾ ਬੀਰ ਸਿੰਘ ਧੀਰ ਸਿੰਘ ਉਸੇ ਜਗਾ ਦੇ ਵਿੱਚ ਬੜਿਆ ਔਰ ਬੁੰਗਾ ਨਾਨਕ ਸਰਬੀਓ ਉਸੇ ਜਗਾ ਦੇ ਵਿੱਚ ਬੜਿਆ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ 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 ਸਿੰਘ ਤਾਂ ਮੀ ਜੀ ਨੇ ਪਹਿਲਾ ਹੀ ਸਾਨੂੰ ਸਵੇਹ ਹੀ ਹੁਕਮ ਕਰਤਾ ਸੀਗਾ ਕਿ ਵੱਡਾ ਦਿਲ ਦਿਖਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕਰਨਾ ਕੋਈ ਇਹ ਨਹੀਂ ਕਰਨਾ ਕਿ ਕਨਾਲ ਅਸੀਂ ਕੱਟ ਛੱਡਨੀ ਹੈ ਜਾਂ ਵੱਧ ਛੱਡਨੀ ਹੈ ਜਾਂ ਅੱਜ ਕਾ ਨਹੀਂ ਲਾਉਣਾ ਕਿਸੇ ਕੱਲ ਨੂੰ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਸਾਨੂੰ ਪਾਵਰਾਂ ਦਿੱਤੀਆਂ ਉਹ ਖੁੱਲੇ ਪਾਵਰਾਂ ਦੇ ਨਾਲ ਹੀ ਅਸੀਂ ਖੁੱਲੇ ਦਰ ਨਾਲ ਅੱਜ ਸਾਰਿਆਂ ਨੇ ਸਮਝੌਤਾ ਕੀਤਾਗਾ ਸੋ ਜਿਹੜਾ ਸਮਝੌਤਾ ਹੋਇਆ ਗੁਰਦੁਆਰਾ ਸਾਹਿਬ ਜਿਹੜੇ ਦੋਨੇ ਆ ਉਹ ਇਸੇ ਦੇ ਇਸੇ ਤਰ੍ਹਾਂ ਇਸੇ ਜਗ੍ਹਾ ਦੇ ਵਿੱਚ ਗੁਰਦੁਆਰਾ ਸਾਹਿਬ ਸਥਾਪਿਤ ਰਹਿਣਗੇ ਔਰ ਜੋ ਉੱਥੇ ਕਾਰਜ ਹੋਣੇ ਉਹ ਅਕਾਲ ਪੁਰਖ ਸਾਹਿਬ ਦੀ ਮਰਜ਼ਾ ਦਾ ਮੁਤਾਬਕ ਜੋ ਪਹਿਲਾਂ ਵੀ ਇਹ ਗੁਰਦੁਆਰਾ ਸਾਹਿਬਾਂ ਦਾ ਇਹ ਅਕਾਲ ਪੁਰਖ ਸਾਹਿਬ ਦੀ ਮਰਜ਼ਾ ਹੀ ਵਾਰ ਰੱਖਦੇ ਨੂੰ ਉਸੇ ਤਰ੍ਹਾਂ ਹੀ ਚਲਾਉਣਗੇ ਸੋ ਮੈਂ ਤਰਮਾਤ ਕਰਦਾ ਸਾਰੇ ਸਮੂਚੇ ਜਿੰਨੇ ਵੀ ਰੋਲ ਅਦਾ ਕੀਤਾ ਇਸ ਸਮਾਗਮ ਦੇ ਵਿੱਚ ਕਈ ਦਿਨਾਂ ਤੋਂ ਪ੍ਰਸ਼ਾਸਨ ਦਾ ਵੀ ਸਾਰੀ ਜਿੰਨੇ ਪੱਤਰਕਾਰ ਵੀਰ ਚਾਹੇ ਕਿਸੇ ਦੇ ਸਾਥੋਂ ਸ਼ਾਨ ਦੇ ਖਿਲਾਫ ਮੈਥੋਂ ਕਿਸੇ ਤੋਂ ਵੀ ਉਲਟ ਬੋਲਿਆ ਗਿਆ ਹੋਵੇ ਅਸੀਂ ਮਾਫੀ ਵੀ ਚਾਹੁੰਦੇ ਆ ਸੋ ਅੱਗੇ ਤੋਂ ਕੋਸ਼ਿਸ਼ ਕਰਾਂਗੇ ਕਿ ਇਹ ਜਬਵਾਦ ਨਾ ਖੜਾ ਹੋਣ ਦੀਗੇ ਇਸ ਸਮਝੌਤੇ ਨੂੰ ਲਾਗੂ ਚੀਜ਼ ਬਣਾਉਂਗੇ ਜੋ ਵੀ ਉੱਥੇ ਚੀਜ਼ ਬਣੇਗੀ ਉਸ ਦੇ ਉੱਤੇ ਜਿਸ ਤਰ੍ਹਾਂ ਫੈਸਲਾ ਕੀਤਾ ਗਿਆ ਗੁਰੂਆਂ ਦੇ ਗੁਰੂ ਰਬਦਾਸ ਭਗਤ ਜੀ ਦਾ ਜ਼ਿਕਰ ਕੀਤਾ ਬਾਬਾ ਬੀਰ ਸਿੰਘ ਧੀਰ ਸਿੰਘ ਜੀ ਦਾ ਜ਼ਿਕਰ ਕੀਤਾ ਬਾਬਾ ਜੀਵਨ ਸਿੰਘ ਜੀ ਦਾ ਉਹ ਅਸੀਂ ਸਥਾਪਿਤ ਕਰਾਂਗੇ ਜਦੋਂ ਵੀ ਬਿਲਡਿੰਗ ਉੱਤੇ ਉੱਥੇ ਕੋਈ ਵੀ ਕਾਰਜ ਅਸੀਂ ਕਰਾਂਗੇ ਸੋ ਜਿਹੜੀ ਬਾਹੀ ਜੋਗ ਜ਼ਮੀਨ ਆ तकरीबन ਬਾਬਾ ਬੀਰ ਸਿੰਘ ਧੀਰ ਸਿੰਘ ਜੀ ਆ ਦੇ ਕਬਜ਼ੇ ਦੇ ਵਿੱਚ ਇਸੇ ਤਰ੍ਹਾਂ ਗੁੰਗਾ ਨਾਨਕ ਸਰ ਦੇ ਕਬਜ਼ੇ ਦੇ ਵਿੱਚ ਸੀ ਉਹਨਾਂ ਲੋਤੇ ਤੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਛੱਡੀ ਗਈ ਆ ਜਿਹਦੇ ਵਿੱਚ ਆਪਾਂ ਕਾਰਜ ਹੈ ਬਿਲਡਿੰਗ ਬਣਾਉਣ ਦੀ ਗੱਲ ਕਰ ਰਹੇ ਆ ਸੋ ਮੈਂ ਸਾਰਿਆਂ ਦਾ ਦੁਬਾਰੇ ਫੇਰ ਆਪਦੇ ਦਿਲਦਿਆਂ ਘਰਾਂਿਆਂ ਵਿੱਚੋਂ ਪ੍ਰਧਾਨ ਸਾਹਿਬ ਵੱਲੋਂ ਸਤਿਕਾਰਯੋਗ ਸਿੰਘ ਸੌਂਜੀਆਂ ਵੱਲੋਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਤੇ ਆਸ ਕਰਦਾ ਇਸੇ ਤਰ੍ਹਾਂ ਤੁਸੀਂ ਆਪਾਂ ਅਸੀਂ ਮਿਲ ਜੁਲ ਕੇ ਸਮਝੇ ਕਾਰਜ ਕਰਦੇ ਰਹੀਏ ਸਹਿਯੋਗੀ ਬਣੀਏ ਇੱਕ ਦੂਜੇ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਜਿਹੜਾ ਫੈਸਲਾ ਹੋਇਆ ਹੈ ਇਹ ਬੂੰਗਾ ਨਾਨਕਸਰ ਗੁਰਦੁਆਰਾ ਸਾਹਿਬ ਤੇ ਬਾਬਾ ਵੀਰ ਸਿੰਘ ਤੀਰ ਸਿੰਘ ਗੁਰਦੁਆਰਾ ਸਾਹਿਬ ਉਸੇ ਜਗ੍ਹਾ ਤੇ ਬਣੇ ਰਹਿਣਗੇ ਪਲੱਸ 3 ਕਨਾਲ ਜ਼ਮੀਨ ਬੂੰਗਾ ਨਾਨਕਸਰ ਗੁਰਦੁਆਰਾ ਸਾਹਿਬ ਨੂੰ ਦਿੱਤੀ ਜਾਊਗੀ ਔਰ ਜਿਹੜੀ ਜ਼ਮੀਨ ਨਾਨਕਸਰ ਬੂੰਗਾ ਦੇ ਕਬਜ਼ੇ ਵਿੱਚ ਹਿੱਟ ਸੀ 12 ਕਨਾਲ ਉਹ ਜਿਹੜੀ ਛੱਡੀ ਆ ਉਹਦੇ ਵਿੱਚ ਗੁਰ ਰਵਿਦਾਸ ਜੀ ਦੀ ਯਾਦ ਚ ਤੇ ਬਾਬਾ ਵੀਰ ਸਿੰਘ ਤੀਰ ਸਿੰਘ ਦੀ ਯਾਦ ਦੇ ਵਿੱਚ ਕੋਈ ਯਾਦਗਾਰ ਜਿਹੜੀ ਆ ਜੋ ਵੀ ਯਾਦਗਾਰ ਬਣਾਉਣੀ ਆ ਉਹਦੀ ਯਾਦ ਦੇ ਵਿੱਚ ਬਣਾਈ ਜਾਏਗੀ ਔਰ ਮੈਂ ਪ੍ਰਸ਼ਾਸਨ ਦਾ ਧੰਨਵਾਦੀਆਂ ਕਿ ਉਹਨਾਂ ਨੇ ਜਿਹੜਾ ਜਾਤੀ ਟਕਰਾਅ ਪੈਦਾ ਹੋਇਆ ਸੀ ਉਸ ਟਕਰਾਅ ਨੂੰ ਖਤਮ ਕਰਨ ਦਾ ਯਤਨ ਕੀਤਾ ਹੈ ਇਹਨਾਂ ਦਾ ਤੇ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਐਕਸ਼ਨ ਕਮੇਟੀ ਦੇ ਸਾਰੇ ਮੈਂਬਰ ਸਹਿਬਾਨ ਜਿਨ੍ਹਾਂ ਦੇ ਵਿੱਚ ਜਸਵੀਰ ਸਿੰਘ ਮਹਾਰਾਜ ਜਸੀ ਤਲਨ ਡਾਕਟਰ ਸੁਖਬੀਰ ਸਰਪੰਚ ਜਗਦੀਪ ਸਿੰਘ ਗੋਗੀ ਕੁਲਦੀਪ ਸੋ ਦੁਰਗੜ ਇਸ ਤਰ੍ਹਾਂ 11 ਜਿਹੜੇ ਮੈਂਬਰ ਸੀਗੇ ਉਹਨਾਂ ਸਾਰੇ ਮੈਂਬਰ ਸਹਿਬਾਨਾਂ ਨੇ ਵੀ ਪੂਰਾ ਸਹਿਯੋਗ ਕੀਤਾ ਉਹਨਾਂ ਦਾ ਵੀ ਧੰਨਵਾਦ ਤੇ ਬਾਬਾ ਕੁਲਵਿੰਦਰ ਸਿੰਘ ਜੀ ਜਿਹੜੇ ਤਰਨਤਾਲ ਦੇ ਮੁਖੀ ਐ ਤੇ ਬਾਬਾ ਸਰਬਜੀਤ ਸਿੰਘ ਜੀ ਜਿਹੜੇ ਵੀਰ ਸਿੰਘ ਦੀਪ ਸਿੰਘ ਗੁਰਦੁਆਰਾ ਸਾਹਿਬ ਦੀ ਸੇਵਾ ਨਿਭਾ ਰਹੇ ਐ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ